ਹੋਇਆ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮੇਸ਼ ਵਰਮਾ ਦੇ ਨਾਲ ਮੇਰੇ ਭੁੱਲਰ ਸਾਹਿਬ ਨੇ ਜੀ ਅਤੇ ਪਿੱਛੇ ਸਾਡੀ ਟੀਮ ਦਾ ਨਵਾਂ ਮੈਂਬਰ ਚਾਚਾ ਕਹਿੰਦੇ ਹਾਂ ਅਸੀਂ ਇਹਨੂੰ ਅਤੇ ਬਾਈ ਔਨਲਾਈਨ ਆ ਗਿਆ ਅਤੇ ਮੈਨੂੰ ਬਹੁਤ ਕਾਫੀ ਦੇਰ ਤੋਂ ਬੜੇ ਪਿਆਰ ਕਰਨ ਵਾਲੇ ਸੱਜਣ ਮਿੱਤਰ ਆਪਣੇ ਸਪੋਰਟਰ ਨੇ ਜਿਹੜੇ ਉਹਨਾਂ ਦੇ ਮੈਸੇਜ ਆ ਰਹੇ ਸੀ ਕਿ ਵੀਰੇ ਤੂੰ ਲਾਈਵ ਨਹੀਂ ਹੋਇਆ ਬਹੁਤ ਦੇਰ ਤੋਂ ਅਤੇ ਮੈਂ ਭਰਾਓ ਕੰਮ ਕਾਰ ਕਰੀ ਜਾਂਦਾ ਸੀਗਾ ਅਤੇ ਸਹਿਬੀ ਮੇਰਾ ਭਰਾ ਪਟਿਆਲੇ ਤੋਂ ਛੋਟਾ ਹੋ ਗਿਆ ਔਨਲਾਈਨ ਕਿੱਦਾਂ ਪੁੱਤ ਅਤੇ ਆਇਸ਼ਾ ਦੱਤ ਜੀ ਸਤਿ ਸ਼੍ਰੀ ਅਕਾਲ ਰੋਕੀ ਵੀਰਾ ਸਤਿ ਸ਼੍ਰੀ ਅਕਾਲ ਸਾਜਨ ਵੀਰਾ ਅਤੇ ਗੁਰਾਜ ਸਾਹਿਬ ਅਤੇ ਸਾਰੇ ਕਹਿੰਦੇ ਲਾਈਵ ਨਹੀਂ ਹੋਇਆ ਤੂੰ ਬਹੁਤ ਦੇਰ ਤੋਂ ਅਤੇ ਸੋਰੀ ਸਾਰੇ ਜਣਿਆਂ ਨੂੰ ਸੱਜਣ ਮਿੱਤਰਾਂ ਨੂੰ ਤਾਂ ਮੇਰੇ ਸਪੋਰਟਰ ਕਿ ਔਨਲਾਈਨ ਨਹੀਂ ਹੋ ਸਕੇ ਜੀ ਕੰਮਾਂ ਕਾਰਾਂ 'ਚ ਬਿਜ਼ੀ ਸੀਗੇ ਕੰਮ ਵਾਹ ਵਾਹ ਕਰੀ ਜਾਂਦੇ ਸੀਗੇ ਅਤੇ ਅੱਜ ਮੈਂ ਨਾ ਲਾਈਵ ਇੱਕ ਨਵੀਂ ਚੀਜ਼ ਕਰਕੇ ਹੋਇਆ ਤੁਹਾਡੇ ਸਾਰਿਆਂ ਨਾਲ ਇੱਕ ਨਵੀਂ ਚੀਜ਼ ਸ਼ੇਅਰ ਕਰਨੀ ਹੈ ਅਤੇ ਉਹ ਇਹ ਕਰਨੀ ਹੈ ਜੀ ਕਿ ਮੈਨੂੰ ਨਾ ਭੁੱਲਰ ਇੱਧਰ ਨੂੰ ਆ ਜਾ ਤੂੰ ਵੀ ਬੱਚਾ ਆ ਜਾਏਗਾ ਫਿਰ ਆਪਣਾ ਮੈਨੂੰ ਨਾ ਕਾਫੀ ਜਿਹੜੇ ਸਪੋਰਟਰਸ ਨੇ ਕਾਫੀ ਫੈਨਸ ਨੇ ਪਿਆਰ ਦੇ ਨਾਲ ਫੈਨ ਤਾਂ ਚੱਲ ਬਹੁਤ ਵੱਡਾ ਸ਼ਬਦ ਆ ਮੈਂ ਕਹਿੰਦਾ ਹਮੇਸ਼ਾ ਪਿਆਰ ਦੇ ਨਾਲੇ ਸਪੋਰਟਰ ਹੈ ਨਾ ਤੁਹਾਡੇ ਕਾਫੀ ਫੋਨ ਆਉਂਦੇ ਨੇ ਅਤੇ ਭੁੱਲਰ ਚੱਕਦਾ ਹੁੰਦਾ ਸਾਰੇ ਫੋਨ ਅਤੇ ਮੈਨੂੰ ਭੁੱਲਰ ਮੈਨੂੰ ਇਟਲੀ ਤੋਂ ਕਾਫੀ ਫੋਨ ਆਉਂਦੇ ਨੇ ਇਟਲੀ ਵਾਲੇ ਜਿੰਨੇ ਵੀ ਸੱਜਣ ਨੇ ਵੈਸੇ ਤਾਂ ਬਾਹਰ ਵੱਸਦੇ ਜਿੰਨੇ ਵੀ ਪੰਜਾਬੀ ਨੇ ਮੈਂ ਸਾਰੇ ਜਾਣਿਆਂ ਨੂੰ ਆਪਣੀ ਬੈਕਬੋਨ ਮੰਨਦਾ ਕਿਉਂਕਿ ਮੈਂ ਵੀ ਆਸਟ੍ਰੇਲੀਆ ਇੰਨੇ ਸਾਲ ਮਿਹਨਤ ਕੀਤੀ ਹੈ ਜੀ ਸ਼ਿਫਟਾਂ ਲਾਈਆਂ ਨੇ ਹਾਰਡ ਵਰਕ ਕੀਤਾ ਵੇਟਰ ਦਾ ਵੀ ਕੰਮ ਕੀਤਾ ਅਤੇ ਉਦੋਂ ਬਾਅਦ ਹੌਲੀ 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 ਅੱਗੇ ਵਧੇ ਅਤੇ ਮੈਂ ਹਮੇਸ਼ਾ ਮੰਨਦਾ ਕਿ ਜਿਹੜੀ ਵੀ ਮੇਰੀ ਆ ਕਿਸੇ ਵੀ ਬੰਦੇ ਦੀ ਸਕਸੈਸ ਹੁੰਦੀ ਹੈ ਬਾਹਰਲੇ ਕੰਟਰੀ 'ਚ ਉਹ ਬਹੁਤ ਔਖੀ ਹੁੰਦੀ ਹੈ ਕਿਉਂਕਿ ਇੰਡੀਆ ਤਾਂ ਚਲੋ ਅਸੀਂ ਫਿਰ ਵੀ 2 ਘੰਟੇ 4 ਘੰਟੇ 6 ਘੰਟੇ ਇੱਕ ਦਿਨ ਸ਼ੂਟ ਕਰਦੇ ਹਾਂ ਪਰ ਜਿਹੜੇ ਬਾਹਰਲੇ ਸੱਜਣ ਨੇ ਉਹ ਪੂਰਾ ਪੂਰਾ ਹਫ਼ਤਾ ਹੀ ਕੰਮ ਕਰਦੇ ਨੇ ਹੈ ਨਾ ਲੰਬੀਆਂ ਲੰਬੀਆਂ ਮੈਂ ਵੀ 18-18 ਘੰਟੇ ਦੀਆਂ ਵੀ ਸ਼ਿਫਟਾਂ ਲਾਉਂਦਾ ਸੀਗਾ ਅਤੇ ਮੈਨੂੰ ਇਟਲੀ ਤੋਂ ਕਾਫੀ ਫੋਨ ਆਉਂਦੇ ਨੇ ਅਤੇ ਇੱਕ ਮੇਰੇ ਭਰਾ ਦਾ ਫੋਨ ਆਇਆ ਕੱਲ੍ਹ ਪਰਸੋਂ ਵੀਰ ਨਾਲ ਗੱਲ ਵੀ ਹੋਈ ਅਤੇ ਉਹਨੇ ਬੜਾ ਇੱਕ ਮੈਨੂੰ ਗੱਲ ਦੱਸੀ ਕਹਿੰਦਾ ਵੀਰੇ ਮੈਨੂੰ 4 ਸਾਲ ਹੋ ਗਏ ਕੰਮ ਕਰਦੇ ਅਤੇ ਉਹਨੇ ਗਾਣਾ ਕਰਨਾ ਸੀ ਵੀਰੇ ਨੇ ਅਤੇ ਹਰ ਇੱਕ ਜਿੰਨੇ ਵੀ ਨਵੇਂ ਸਿੰਗਰ ਹੁੰਦੇ ਨੇ ਜਾਂ ਨਵੇਂ 'ਮਿਊਜ਼ਿਕ ਡਾਇਰੈਕਟਰ ਹੁੰਦੇ ਨੇ ਜਾਂ ਨਵੇਂ ਲਿਰਿਸਿਸਟ ਹੁੰਦੇ ਨੇ ਮੈਂ ਪਹਿਲਾਂ ਵੀ ਇਹ ਗੱਲ ਕਰਨ ਬਾਰੇ ਸੋਚਿਆ ਸੀ ਪਰ ਮੈਨੂੰ ਲੱਗਦਾ ਸੀ ਕਿ ਮੈਂ ਐਡੀ ਵੱਡੀ ਚੀਜ਼ ਤਾਂ ਹਾਂ ਨਹੀਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਗਾਈਡ ਕਰ ਸਕਾਂ ਪਰ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਸਕਦਾ ਬਹੁਤ ਲਿਰਿਸਿਸਟ ਨੇ ਜਿਨ੍ਹਾਂ ਦੇ ਗਾਣੇ ਉਹ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਗਾਣੇ ਸੋਹਣੇ ਨੇ ਉਹ ਸਾਨੂੰ ਕੰਟੈਕਟ ਕਰਦੇ ਨੇ ਉਹਨਾਂ ਦੇ ਗਾਣੇ ਨਹੀਂ ਹੋ ਪਾਉਂਦੇ ਜਾਂ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ ਕਿਉਂਕਿ ਅਸੀਂ ਡਾਇਰੈਕਟਰਸ ਹਾਂ ਸਾਡੇ ਕੋਲ ਮੋਸਟਲੀ ਗਾਣੇ ਬਣੇ ਹੋਏ ਆਉਂਦੇ ਨੇ ਬਹੁਤ ਘੱਟ ਪ੍ਰੋਜੈਕਟ ਅਸੀਂ ਫੁੱਲ ਕਰਦੇ ਹਾਂ ਅਤੇ ਜੇ ਕੋਈ ਫੁੱਲ ਪ੍ਰੋਜੈਕਟ ਕਰਨਾ ਹੋਵੇ ਤਾਂ ਮੋਸਟ ਲਾਈਕਲੀ ਜਿਹੜਾ ਵੀ ਸਿੰਗਰ ਹੁੰਦਾ ਨਵਾਂ ਹੁੰਦਾ ਉਹਨੂੰ ਹੁੰਦਾ ਮੈਂ ਫਲਾਣੇ ਲਿਰਿਸਿਸਟ ਨਾਲ ਕੰਮ ਕਰਾਂ ਫਲਾਣੇ 'ਮਿਊਜ਼ਿਕ ਡਾਇਰੈਕਟਰ ਨਾਲ ਕੰਮ ਕਰਾਂ ਬੜੇ ਨਵੇਂ 'ਮਿਊਜ਼ਿਕ ਡਾਇਰੈਕਟਰਸ ਵੀ ਹੁੰਦੇ ਨੇ ਜੋ ਬੜੇ ਟੈਲੈਂਟਡ ਹੁੰਦੇ ਨੇ ਪਰ ਕਿਉਂਕਿ ਗਾਣਾ ਸਾਡੇ ਕੋਲ ਆਲਰੇਡੀ ਬਣਿਆ ਹੋਇਆ ਆਉਂਦਾ ਅਸੀਂ ਉਹਨਾਂ ਦੀ ਹੈਲਪ ਨਹੀਂ ਕਰ ਪਾਉਂਦੇ ਅਤੇ ਨਵੇਂ ਸਿੰਗਰ ਵੀ ਨੇ ਜਿਵੇਂ ਮੇਰਾ ਭਰਾ ਇਟਲੀ ਤੋਂ ਜਿਹੜੇ ਵੀਰੇ ਨੇ ਫੋਨ ਕੀਤਾ ਉਹਨਾਂ ਨੇ ਵੀ ਗਾਣਾ ਕਰਨਾ ਸੀ ਹੁਣ ਕਿਉਂਕਿ ਸਾਰੇ ਨਵੇਂ ਹੁੰਦੇ ਨੇ ਹਰ ਬੰਦੇ ਕੋਲ ਹੈਲਪ ਹਰ ਬੰਦੇ ਦੀ ਹੈਲਪ ਨਹੀਂ ਕਰ ਪਾਉਂਦੇ ਅਸੀਂ ਜਾਂ ਹਰ ਬੰਦੇ ਦਾ ਗਾਣਾ ਨਹੀਂ ਕਰ ਪਾਉਂਦੇ ਕਿਸੇ ਕੋਲ ਬਜਟ ਦੀ ਕਮੀ ਹੈ ਕਿਸੇ ਕੋਲ ਰਿਸੋਰਸਿਸ ਦੀ ਕਮੀ ਹੈ ਕੋਈ ਭਰਾ ਇਟਲੀ ਬੈਠਾ ਕੋਈ ਕੈਨੇਡਾ ਬੈਠਾ ਉਹ ਛੇਤੀ ਕਿਤੇ ਗਾਣਾ ਰਿਲੀਜ਼ ਨਹੀਂ ਕਰ ਸਕਦਾ ਤਾਂ ਮੈਂ ਸੋਚਿਆ ਕਿ ਮੈਂ ਇੱਕ ਕੰਮ ਕਰਦਾ ਜਿਵੇਂ ਅੱਜ ਦੀ ਸਾਡੀ ਪੋਸਟ ਹੈ ਮੰਡੇ ਨੂੰ ਜਾਂ ਟਿਊਜ਼ਡੇ ਨੂੰ ਕਿਸੇ ਵੀ ਇੱਕ ਦਿਨ ਆਪਾਂ ਲੈਟ ਕਨੈਕਟ ਕਰਕੇ # ਕਨੈਕਟ ਵਿਦ ਪਰਮੇਸ਼ ਵਰਮਾ ਕਰਕੇ ਮੈਂ ਇੱਕ ਫੋਟੋ ਪਾ ਦਿਆ ਕਰੂੰਗਾ ਫੋਟੋ ਦੇ ਨੀਚੇ ਜਿੰਨੇ ਵੀ ਨਵੇਂ ਲਿਰਿਸਿਸਟ ਭਰਾ ਨੇ ਜਿੰਨੇ 'ਮਿਊਜ਼ਿਕ ਡਾਇਰੈਕਟਰ ਭਰਾ ਨੇ ਅਤੇ ਜਿੰਨੇ ਸਿੰਗਰ ਭਰਾ ਨੇ ਤੁਸੀਂ ਸਾਰੇ ਜਾਣੇ ਵੀਡੀਓਜ਼ ਦੇ ਵਿੱਚ ਇਕੱਠੇ ਹੋ ਜਾਇਆ ਕਰੋ ਉਹਦੇ ਨਾਲ ਕੀ ਹੈ ਮੰਨ ਲਓ ਕੋਈ ਵਧੀਆ ਗਾਉਂਦਾ ਅਤੇ ਮੰਨ ਲਓ ਕੋਈ 'ਮਿਊਜ਼ਿਕ ਕਰਦਾ ਤੁਸੀਂ ਆਪਸ ਦੇ ਵਿੱਚ ਕਨੈਕਟ ਹੋਵੇ ਤਾਂ ਜ਼ਰੂਰੀ ਨਹੀਂ ਕਿ ਤੁਹਾਡਾ ਜਿਹੜਾ ਪਹਿਲਾ ਗਾਣਾ ਹੈ ਉਹ ਵੱਡੀ ਕੰਪਨੀ ਤੋਂ ਵੱਡੇ 'ਮਿਊਜ਼ਿਕ ਡਾਇਰੈਕਟਰ ਨਾਲ ਵੱਡੇ ਲਿਰਿਸਿਸਟ ਨਾਲ ਹੀ ਆਵੇ ਜਦੋਂ ਮੈਂ ਪਹਿਲਾਂ ਆਪਦੀ ਪਹਿਲੀ ਇੱਕ ਸ਼ਾਰਟ ਫਿਲਮ ਬਣਾਈ ਸੀ ਜ਼ਿੰਮੇਵਾਰੀ ਭੁੱਖ ਅਤੇ ਦੂਰੀ ਤੁਸੀਂ ਸਾਰੇ ਜਣਾਂ ਨੇ ਬਹੁਤ ਪਿਆਰ ਦਿੱਤਾ ਸੀ ਬੜੀ ਸ਼ੇਅਰ ਕੀਤੀ ਸੀ ਬੜੀ ਵਾਇਰਲ ਹੋਈ ਸੀ ਉਹ ਵੀਡੀਓ ਅਸੀਂ ਇੱਕ ਸਟਿਲ ਕੈਮਰੇ ਨਾਲ ਬਣਾਈ ਸੀਗੀ ਕੈਨਨ 550 ਸੀਗਾ ਉਹ 5D ਵੀ ਨਹੀਂ ਸੀਗਾ ਅਤੇ ਉਹ ਕੈਨਨ 550 'ਤੇ ਬਣਾਈ ਸੀ ਅਤੇ ਉਹ 'ਚ ਇੱਕ LED ਯੂਜ਼ ਕੀਤੀ ਸੀਗੀ ਅਤੇ ਉਹਦੇ ਵਿੱਚ ਬਾਕੀ ਆਈਫੋਨ ਦੀ ਲਾਈਟ ਯੂਜ਼ ਕੀਤੀ ਸੀ ਯਾਨੀ ਸਾਡੇ ਕੋਲ ਇੰਨਾ ਇਕੁਇਪਮੈਂਟ ਨਹੀਂ ਸੀ ਪਰ ਅਸੀਂ ਉਹਨੂੰ ਵਧੀਆ ਬਣਾਈ ਉਹ ਯੂਟਿਊਬ ਦੀ ਕੁਆਲਿਟੀ ਉੱਤੇ ਬੜੀ ਵਧੀਆ ਨਿਕਲੀ ਸੋ ਜਿਹੜੇ ਵੀ ਨਵੇਂ ਲਿਰਿਕਸ ਲਿਰਿਸਿਸਟ ਹੈਗੇ ਨੇ ਜਾਂ ਨਵੇਂ 'ਮਿਊਜ਼ਿਕ ਡਾਇਰੈਕਟਰਸ ਨੇ ਜਾਂ ਨਵੇਂ ਵੀਡੀਓ ਡਾਇਰੈਕਟਰਸ ਨੇ ਜੋ ਕੰਮ ਕਰਨਾ ਚਾਹੁੰਦੇ ਨੇ ਤੁਹਾਡੇ ਲਈ ਵਧੀਆ ਓਪਰਚੁਨਿਟੀ ਹੈ ਕੋਈ ਮੰਨ ਲਓ ਇਟਲੀ ਬੈਠਾ ਕੋਈ ਪੰਜਾਬ 'ਚ ਬੈਠਾ ਤੁਸੀਂ ਆਪਸ 'ਚ ਕਨੈਕਟ ਕਰ ਸਕਦੇ ਹੋ
ਤੁਸੀਂ ਇੱਕ ਦੂਜੇ ਨੂੰ ਆਪਣੀ ਵੋਕਲ ਭੇਜ ਸਕਦੇ ਹੋ, ਤੁਸੀਂ ਆਪਣੀ ਕੰਪੋਜੀਸ਼ਨ ਮਿਊਜ਼ਿਕ ਭੇਜ ਸਕਦੇ ਹੋ, ਪਰ ਇਹ ਗੱਲ ਐਮੇਚਿਓਰ ਲੈਵਲ 'ਤੇ ਹੈ। ਮੈਂ ਨਹੀਂ ਚਾਹੂੰਗਾ ਕੋਈ ਲਿਰਿਸਿਸਟ ਆਪਣੇ ਲਿਰਿਕਸ ਦੇਵੇ ਬਾਅਦ 'ਚ ਤੁਹਾਡੀ ਕੋਈ ਆਪਸ 'ਚ ਪ੍ਰੋਬਲਮ ਹੋ ਜਾਵੇ। ਤਾਂ ਮੈਂ ਇੱਕ ਸੁਜੈਸ਼ਨ ਦੇ ਰਿਹਾ ਸਾਰੇ ਜਾਣਿਆਂ ਨੂੰ, ਮੈਂ ਤੁਹਾਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੈਗਾ, ਮੈਂ ਤਾਂ ਤੁਹਾਨੂੰ ਆਪਣੀ ਭਾਵਨਾ ਦੱਸ ਰਿਹਾ ਕਿ ਮੈਂ ਮੰਡੇ ਜਾਂ ਟਿਊਜ਼ਡੇ ਕਨੈਕਟ ਵਿਦ ਪਰਮੇਸ਼ਰ ਮਾ ਆਪਾਂ ਫੋਟੋ ਪਾ ਦਿਆ ਕਰਾਂਗੇ। ਉਹਦੇ ਨੀਚੇ ਜੇ ਕੋਈ ਭਰਾ ਕਿਸੇ ਮਿਊਜ਼ਿਕ ਡਾਇਰੈਕਟਰ ਨੂੰ ਮਿਲਣਾ ਚਾਹੁੰਦਾ, ਉਹਦੇ ਕੋਲ ਉਹਦਾ ਲਿਖਿਆ ਗਾਣਾ ਹੈ, ਮਿਊਜ਼ਿਕ ਵਾਲਾ ਹੈ ਨਹੀਂ, ਕੋਈ ਮਿਊਜ਼ਿਕ ਡਾਇਰੈਕਟਰ ਹੈ ਜਿਹਦੇ ਕੋਲ ਗਾਣੇ ਵਾਲੇ ਸਿੰਗਰ ਹੈ ਨਹੀਂ, ਤੁਸੀਂ ਆਪਸ 'ਚ ਕਨੈਕਟ ਹੋ ਸਕਦੇ ਹੋ, ਤੁਸੀਂ ਆਪਸ 'ਚ ਆਡੀਓ ਰੈਡੀ ਕਰ ਸਕਦੇ ਹੋ। ਆਡੀਓ ਰੈਡੀ ਚੱਕ ਕਰਕੇ ਯੂਟਿਊਬ 'ਤੇ ਪਾ ਤਾ, ਮੈਨੂੰ ਲਿੰਕ ਭੇਜ ਤਾ, ਮੈਂ ਸ਼ੇਅਰ ਕਰ ਦਿਆ ਕਰੂੰਗਾ, ਕੋਈ ਖਬਰੇ ਕੋਈ ਸੱਪ ਨਿਕਲ ਜੇ ਕਿ ਨਹੀਂ। ਅਤੇ ਇਹ ਮੇਰੇ ਧਿਆਨ 'ਚ ਆਈਡੀਆ ਸੀ ਕਿਉਂਕਿ ਉਹ ਇਟਲੀ ਵਾਲਾ ਵੀਰਾ ਗਾਣਾ ਨਹੀਂ ਸੀ ਕਰ ਸਕਿਆ, ਅਤੇ ਮੈਨੂੰ ਮੈਂ ਕੱਲ੍ਹ ਰਾਤ ਤੋਂ ਲੈ ਕੇ ਹੁਣ ਤੱਕ ਉਹ ਬਾਈ ਬਾਰੇ ਸੋਚੀ ਗਿਆ ਕਿ ਯਾਰ ਕੀ ਹੋ ਸਕਦਾ, ਕਿ ਉਹਦਾ ਗਾਣਾ ਕਿਵੇਂ ਹੋ ਸਕਦਾ, ਅਤੇ ਕਿੰਨੇ ਲਿਰਿਸਿਸਟ ਕਿੰਨੇ ਮਿਊਜ਼ਿਕ ਡਾਇਰੈਕਟਰਸ ਦੇ ਫੋਨ ਆਉਂਦੇ ਨੇ, ਉਹਨਾਂ ਨਾਲ ਆਪਾਂ ਕੰਮ ਨਹੀਂ ਕਰ ਪਾਉਂਦੇ, ਤਾਂ ਉਹਨਾਂ ਲਈ ਵੀ ਇੱਕ ਵਧੀਆ ਓਪਰਚੁਨਿਟੀ। ਬਾਕੀ ਭਾਈ ਤੁਸੀਂ ਜ਼ਿਆਦਾ ਸਿਆਣੇ ਹੋ, ਤੁਹਾਨੂੰ ਐਂ ਨਾ ਲੱਗੇ ਕਿ ਤੂੰ ਭਰਾ ਸਾਨੂੰ ਦੱਸੀਆਂ ਨਾ, ਇਹ ਤਾਂ ਮੇਰੀ ਸੋਚਣੀ ਆ, ਬੜੇ ਲੋਕ ਸ਼ਾਇਦ ਮੇਰੀ ਸੋਚਣੀ ਨਾਲ ਅਗਰੀ ਕਰਨ, ਹੋ ਸਕਦਾ ਕੋਈ ਨਾ ਵੀ ਕਰੇ। ਪੁੱਲਰ ਤੂੰ ਕਰਦਾ ਮੇਰੇ ਨਾਲ ਅਗਰੀ? ਮੈਂ ਤਾਂ ਬਿਲਕੁਲ ਕਰਦਾ ਜੀ। ਕੋਈ ਨਵੀਂ ਤਾਜ਼ੀ ਦੱਸ ਯਾਰ, ਜੋ ਆਪਣੇ ਵਰਗੇ ਜਿਹੜੇ ਜਿਨ੍ਹਾਂ ਨੂੰ ਪਲੇਟਫਾਰਮ ਨਹੀਂ ਮਿਲਿਆ ਅਜੇ ਤੱਕ, ਉਹਨਾਂ ਨੂੰ ਵੇਖ। ਮੈਂ ਤੇ ਪੁੱਲਰ ਵੀ ਅਸੀਂ ਵੀ ਐਂ ਇਕੱਠੇ ਹੋਏ ਸੀਗੇ, ਪੁੱਲਰ ਤੇ ਮੈਂ, ਅਸੀਂ ਸਾਰੇ ਐਂ ਵੀ ਸ਼ੂਟਾਂ ਤੇ ਸਾਰੇ ਐਦਾਂ ਹੀ ਇਕੱਠੇ ਹੋਏ ਆ, ਤੇ ਹਾਂ ਹੁਣ ਦੇਖੋ ਹੁਣ ਇਕੱਠੇ ਹੀ ਤੁਰੇ ਜਾਂਦੇ ਆ, ਇਕੱਠੇ ਤੁਰੇ ਜਾਂਦੇ, ਇਕੱਠੇ ਬਹਿੰਦੇ ਆ, ਤੇ ਪੁੱਲਰ ਐਂ ਵੀ ਪਕਾਈ ਮਾਰੀ ਜਾਂਦਾ ਆਪਦੀ ਹੋਰ ਹੀ ਕਿੱਦੇ ਆ। ਇਹ ਆ ਜੀ ਸਾਡੇ ਨਵੇਂ ਟੀਮ ਦੇ ਮੈਂਬਰ, ਇਹਨਾਂ ਨੂੰ ਚਾਚਾ ਕਹਿੰਦੇ ਆ, ਨਾਂ ਕੀ ਤੇਰਾ, ਉਹ ਦੱਸ ਦੇ ਸਾਰਿਆਂ ਨੂੰ। ਮਨਪ੍ਰੀਤ ਸਿੰਘ ਸੰਧੂ, ਮਨਪ੍ਰੀਤ ਸਿੰਘ ਸੰਧੂ ਭਰਾ ਸਾਡਾ ਇਹ, ਜਿੰਨੇ ਵੀ ਮੇਰੇ ਸੱਜਣ, ਫੈਨ ਪਾਵਰ ਪਤਾ ਕੀ ਹੁੰਦੀ ਆ, ਫੈਨ ਦੀ ਪਾਵਰ ਕੀ ਹੁੰਦੀ ਆ। ਮੈਂ ਕਿੰਨੀ ਵਾਰੀ ਇਹ ਗੱਲ ਸੋਚੀ ਕਿ ਮੈਂ ਗਾਣਾ ਕਰਨਾ ਸੀ, ਮੇਰੇ ਨਾ ਬਚਪਨ ਦਾ ਡ੍ਰੀਮ, ਮੈਨੂੰ ਨਾ ਗਾਣੇ ਗਾਉਣ, ਮੈਨੂੰ ਗਾਣਾ ਨਹੀਂ ਗਾਉਣਾ ਆਉਂਦਾ, ਜਮਾਂ ਨਹੀਂ ਆਉਂਦਾ, ਤੇ ਮੈਂ ਬਚਪਨ ਤੋਂ ਚਾਹੁੰਦਾ ਸੀ ਯਾਰ ਮੈਂ ਗਾਣਾ ਗਾਵਾਂ, ਮੈਂ ਅਮਰ ਅਰਸ਼ੀ ਸਾਹਿਬ ਦੇ ਬੜੇ ਗਾਣੇ ਗਾਉਣਾ, ਹੈ ਨਾ। ਅਤੇ ਹੁਣ ਦੇਸੀ ਗੁਰੂ ਵਾਲੇ ਭਰਾ ਨੇ ਆਪਣੇ, ਅਤੇ ਮੈਂ ਗੋਲਡੀ ਵੀਰੇ ਨੂੰ ਕਹਿਣਾ, ਸੱਤੇ ਬਾਈ ਨੂੰ, ਬਾਈ ਮੇਰਾ ਗਾਣਾ ਕਰਦੇ, ਔਰ ਬਾਈ ਮੇਰਾ ਗਾਣਾ ਕਰਦੇ। ਬਾਈ ਨਹੀਂ ਸੀ ਕਰਦੇ, ਕਿਉਂ ਤੈਨੂੰ ਗਾਣਾ ਨਹੀਂ ਆਉਂਦਾ, ਗਾਉਂਦਾ ਨਹੀਂ ਤੂੰ। ਮੈਂ ਇੱਕ ਦਿਨ ਨਾ ਐਵੇਂ ਸਨੈਪਚੈਟ ਦੇ ਉੱਤੇ, ਇੰਸਟਾਗ੍ਰਾਮ 'ਤੇ ਕਹਿ ਤਾ, ਮੈਂ ਕਿਹਾ ਸਾਰੇ ਜਾਣੇ ਨਾ ਮੈਸੇਜ ਕਰੋ ਗੋਲਡੀ ਹੋਰਾਂ ਨੂੰ, ਦੇਸੀ ਕਰੂ ਨੂੰ, ਕਿ ਪਰਮੀਸ਼ ਦਾ ਗਾਣਾ ਕਰਨਾ। ਬਾਈ ਆਪਣੇ ਪਿਆਰ ਕਰਨ ਵਾਲੇ ਸੱਜਣ ਮਿੱਤਰਾਂ ਨੇ ਇੰਨੇ ਮੈਸੇਜ ਕੀਤੇ, ਗੋਲਡੀ ਕਹਿੰਦਾ ਉਹ ਭਰਾ ਤੇਰਾ ਗਾਣਾ ਕਰਨਾ, ਕਹਿੰਦੇ ਬਹੁਤ ਤੰਗ ਕਰਦੇ ਸਾਰੇ, ਤੇ ਤੰਗ ਕਰਦੇ ਨੇ ਪਰਮੀਸ਼ ਵਾਲੇ ਕੀੜੇ। ਮੈਂ ਹੁਣ ਜੇ ਹੁਣ ਦੇਖੋ ਇਹ ਹੁੰਦੀ ਆ ਨਾ ਪਾਵਰ ਸਾਰਿਆਂ ਦੀ, ਸਾਰਿਆਂ ਨੇ ਯਾਰ ਧੰਨਵਾਦ ਤੁਹਾਡਾ, ਸਾਰੇ ਜਾਣਿਆਂ ਦਾ ਲਵ ਯੂ, ਬਹੁਤ ਜ਼ਿਆਦਾ ਪਿਆਰ, ਜਿਹਨਾਂ ਜਾਣਿਆਂ ਨੇ ਆਪਣੇ ਗੋਲਡੀ ਵੀਰੇ ਨੂੰ ਮਨਾ ਲਿਆ, ਤੇ ਫਿਰ ਮੈਂ ਕੱਲ ਆਪਣੇ ਗਾਣੇ ਦੀ ਡਬਿੰਗ ਕਰਕੇ ਆਇਆ। ਹੁਣ ਮੈਨੂੰ ਪਤਾ ਬੜੇ ਕਹਿਣਗੇ ਉਹ ਤੈਨੂੰ ਗਾਉਣਾ ਨਹੀਂ ਆਉਂਦਾ, ਤੂੰ ਸਿੰਗਰ ਨਹੀਂ ਹੈਗਾ, ਯੇ ਨਹੀਂ। ਮੈਨੂੰ ਪਤਾ ਵੀਰੇ ਮੈਂ ਨਹੀਂ ਹੈਗਾ ਸਿੰਗਰ ਜੀ, ਇਹ ਮੈਂ ਆਪਦੀ ਖੁਸ਼ੀ ਲਈ, ਆਪਦੇ ਮਨ ਦੀ ਖੁਸ਼ੀ ਲਈ, ਗਾਇਕੀ ਵਾਲਾ ਕੀੜਾ ਨਹੀਂ, ਗਾਇਕੀ ਤਾਂ ਚੱਲ ਬਹੁਤ ਵੱਡੀ, ਕਹਿੰਦੇ ਭਾਸ਼ਾ ਹੋਰ ਫਕੀਰਾਂ ਵਾਲੀ, ਰਮਜ਼ 'ਚ ਆਉਣਾ ਔਖਾ ਹੈ, ਹਲੇ ਤਾਂ ਆਪਾਂ ਰਮਜ਼ 'ਚ ਵੀ ਨਹੀਂ ਆਏ, ਪਰ ਆਏ ਕਿ ਆਪਣੇ ਲਈ ਗਾਣਾ ਜ਼ਰੂਰ ਬਣਾ ਲਿਆ ਫੋਨ ਗੱਡੀ ਗੁੱਡੀ 'ਚ ਚਲਾਉਣ ਨੂੰ, ਕਿ ਚਲੋ ਹੁਣ ਆਪਾਂ ਗਾਣਾ ਆਪਣੀ ਆਵਾਜ਼ ਜੀ ਸੁਣ ਲਈਏ। ਤੇ ਮੈਨੂੰ ਹੈ ਕਿ ਸੋ ਮੈਂ ਕੋਈ ਸਿੰਗਰ ਨਹੀਂ ਹੈਗਾ, ਮੈਂ ਹੈ ਕਿ ਚਲੋ ਸ਼ੌਂਕ ਪੂਰਾ ਹੋ ਗਿਆ, ਜਿਵੇਂ ਨਲਾਇਕ ਬੰਦਾ ਮੇਰੇ ਵਰਗਾ ਨਾਨ ਮੈਡੀਕਲ 'ਚ ਐਡਮਿਸ਼ਨ ਲੈ, ਰਿਜ਼ਿਊਮ ਜਿਵੇਂ ਆਪਣਾ, ਜਿਵੇਂ ਰਿਜ਼ਿਊਮ ਸੋਰੀ ਜੀ, ਫਾਦਰ ਸਾਹਿਬ ਦਾ ਫੋਨ ਆ ਰਿਹਾ, ਡੈਡੀ ਨੂੰ ਬਾਅਦ 'ਚ ਫੋਨ ਕਰਦੇ ਹਾਂ। ਅਤੇ ਆਪਣਾ ਜਿਵੇਂ ਮੇਰੇ ਵਰਗਾ ਨਲਾਇਕ ਬੰਦਾ ਨਾਨ ਮੈਡੀਕਲ ਐਡਮਿਸ਼ਨ ਲੈਣ ਬਾਅਦ 'ਚ ਫੇਲ ਹੋ ਜਾਂਦਾ, ਉਹੀ ਕੰਮ ਹੈ। ਪਰ ਗਾਣਾ ਲਿਖਿਆ ਮੇਰੇ ਭਰਾ ਜਿੰਮੀ ਕੋਟਕਪੂਰੇ ਨੇ, ਅਤੇ ਜਿੰਮੀ ਨੇ ਬੜਾ ਬੰਬ ਗਾਣਾ ਲਿਖਿਆ ਯਾਰ, ਤੇ ਬਾਈ ਭੁੱਲਰ ਨੂੰ ਹੀ ਕਹਿ ਦੋ ਕੀ ਵੀਰੇ, ਪਤਾ ਨਹੀਂ ਆਤੀ ਕਰਾਈ ਜਾਂਦੇ, ਸਿੱਧੂ ਵੀਰਾ ਕਹਿੰਦਾ ਸਤਿ ਸ਼੍ਰੀ ਅਕਾਲ ਵੀਰੇ, ਧੰਨਵਾਦ ਬਾਈ, ਧੰਨਵਾਦ, ਲਵ ਯੂ, ਬਹੁਤ ਸਾਰਾ ਪਿਆਰ ਬਾਈ। ਤੇ ਉਹ ਗਾਣਾ ਆਇਆ ਕਿ ਆਡੀਓ ਸੁਣਾਈਏ ਤੁਹਾਨੂੰ, ਦੋ ਲਾਈਨਾਂ ਸੁਣਾਉਂਦੇ ਆ, ਉਹ ਮੇਰੇ ਵਾਲੇ ਹਾਂ ਇੱਥੇ ਲਾਉਣੇ, ਰਹਿ ਕੀ ਚੱਕਰ ਹੈ ਹਨਾ, ਨਾ ਕਰੋ ਫੋਨ, ਦੋ ਮਿੰਟ ਜੀ ਲਾਈਵ ਹੋਏ ਆ ਭਰਾਵਾਂ ਨਾਲ, ਦੋ ਮਿੰਟ ਆਵਾਜ਼ ਕਰੀ ਦੇਖੀ ਇੱਥੇ ਚੱਲਦੀ ਆ, ਮੈਂ ਪਤਾ ਕਿਉਂ ਨਹੀਂ ਆਉਣਾ, ਕਿਉਂਕਿ ਮੈਂ ਉਹ ਬੜੀ ਮਿਹਨਤ ਲਗਾਇਆ ਸੀ, ਇੱਕ ਮਿੰਟ ਤੇ ਤੁਹਾਨੂੰ ਨਾ ਮੈਂ ਇੰਸਟਾਗ੍ਰਾਮ ਤੇ ਵੀਡੀਓ ਵੀ ਪਾਈ ਸੀ, ਕਾਫੀ ਜਣ ਨੇ ਵੇਖਿਆ, ਬੀਅਰਡ ਆਇਲ ਕਿਹੜਾ ਯੂਜ਼ ਕਰਦੇ ਵੀਰੇ, ਕੋਈ ਨਹੀਂ ਕਰਦਾ, ਸੌਣ ਲੱਗਿਆ ਮੂੰਹ ਹੀ ਧੋ ਲੈਣਾ, ਇੱਕ ਮਿੰਟ ਬਾਈ ਆ ਲਓ ਜੀ ਮੇਰਾ ਗਾਣਾ, ਦੋ ਲਾਈਨਾਂ
ਦੇਸੀ ਕਰੂ ਮੇਰੇ ਸੰਗ ਰੌਲਾ ਪਾਉਂਦੇ ਰਹਿੰਦੇ ਨੰਗ ਹਾਲ ਗਾਣਾ ਵੀ ਆ ਯਾਰ ਤੇਰਾ ਗਾ ਗਿਆ ਮੈਂ ਆ ਗਿਆ ਆ ਲੈ ਚੱਕ ਮੈਂ ਆ ਗਿਆ ਯਾਰ ਇੰਨੇ ਫੋਨ ਆਈ ਜਾ ਰਹੇ ਨੇ ਪਤਾ ਨੀ ਜਿਹੜੇ ਵੀ ਲਾਈਵ ਦੇਖ ਰਹੇ ਨੇ ਮੈਨੂੰ ਫੋਨ ਨਾ ਕਰੋ ਵੀਰੇ ਜੇ ਕੋਈ ਲਾਈਵ ਦੇਖ ਕੇ ਫੋਨ ਕਰ ਰਿਹਾ ਰਿਕੁਐਸਟ ਹੈ ਬਾਈ ਜੀ ਪਲੀਜ਼ ਕਿਉਂਕਿ ਫਿਰ ਕੱਟ ਰਿਹਾ ਸਾਡੀ ਇੱਧਰੋਂ ਕਾਲ ਕੱਟ ਜਾਂਦੀ ਹੈ ਲਓ ਜੀ ਚਲੋ ਫਿਰ ਮੈਨੂੰ ਲੱਗਦਾ ਅਸੀਂ 10 ਮਿੰਟ ਲਈ ਹੋ ਗਏ ਲਾਈਵ ਅਤੇ ਨਾਲੇ ਜਿਹੜੇ ਵੀ ਸੱਜਣ ਮਿੱਤਰ ਪਿਆਰ ਕਰਨ ਵਾਲਿਆਂ ਨੇ ਕਿਹਾ ਸੀ ਕਿ ਲਾਈਵ ਨਹੀਂ ਹੁੰਦੀ ਰਿਜ਼ਿਊਮ ਯਾਰ ਫੋਨ 'ਤੇ ਫੋਨ ਆ ਰਹੇ ਨੇ ਲਓ ਜੀ ਸੋਰੀ ਕਿਉਂਕਿ ਫੋਨ ਬਹੁਤ ਜ਼ਿਆਦਾ ਆਉਣੇ ਸ਼ੁਰੂ ਹੋ ਗਏ ਅਤੇ ਸੋਰੀ ਤੁਹਾਨੂੰ ਸਾਰਿਆਂ ਜਣਿਆਂ ਨੂੰ ਵੀ ਲਾਈਵ 'ਚ ਪ੍ਰੋਬਲਮ ਆ ਰਹੀ ਹੋਊਗੀ ਚੰਗਾ ਜੀ ਜਿੰਨੇ ਜਣੇ ਦੇਖ ਰਹੇ ਨੇ ਵੀਡੀਓ ਸਾਰੇ ਜਣਿਆਂ ਨੂੰ ਬਹੁਤ ਬਹੁਤ ਪਿਆਰ ਲਵ ਯੂ ਆਲ ਕੀਪ ਸਪੋਰਟਿੰਗ ਪੁੱਲਰ ਸਤਿ ਸ਼੍ਰੀ ਅਕਾਲ ਜੀ ਚੰਗਾ ਜੀ ਓਕੇ ਜੀ ਟੇਕ ਕੇਅਰ ਲਵ ਯੂ